पशु नग्न रौद्र सर्व समय सबको प्रतपार पोखत है जल में थल में पल में कल की नहीं कर्म विचार दीन दयाल दया निद दुखन देखत है पर देत नहारे वाहिगुरु जी का खालसा वाहिगुरु जी की फतेह। पतित पावन भगत वत्सल करुणा निदान जुगो जोगा टल गरीब निवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान गुरु रूप प्यारी साध संगत जीओ ਧੰਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਬਾਬਾ ਅਟਲ ਰਾਏ ਗੁਰਮਤਿ ਪ੍ਰਚਾਰ ਲੋਕ ਭਲਾਈ ਸੁਸਾਇਟੀ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਪਾਲ ਸਿੰਘ ਜੀ ਸਮੁੱਚੇ ਹੀ ਸੁਸਾਇਟੀ ਦੇ ਜੋ ਮੈਂਬਰ ਹਨ ਉਹਨਾਂ ਸਾਰਿਆਂ ਵੱਲੋਂ ਮਿਲ ਜੁਲ ਕਰਕੇ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਨਾਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਜੈ ਸਿੰਘ ਚੌਂ ਵਿਖੇ ਮਹਾਨ ਗੁਰਮਤਿ ਸਮਾਗਮ ਰੱਖੇ ਗਏ ਹਨ ਜਿਸ ਦੇ ਵਿੱਚ ਬਹੁਤ ਵੱਡੇ ਸੇਵਾ ਦੇ ਕਾਰਜ ਨਾਮ ਬਾਣੀ ਦੇ ਜੋ ਪ੍ਰਚਾਰ ਦੇ ਕਾਰਜ ਹਨ ਇਹ ਗੁਰਮੁਖ ਪਿਆਰਿਆਂ ਵੱਲੋਂ ਕੀਤੇ ਜਾ ਰਹੇ ਹਨ। ਪਾਤਸ਼ਾਹ ਜੀ ਦੇ ਬਚਨ ਹਨ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿੰਨੀ ਡਿੱਠਾ ਤਿੰਨਾਂ ਲਏ ਛਡਾਏ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਧੰਨ ਸੋਢੀ ਸੁਲਤਾਨ ਪਾਤਸ਼ਾਹ ਚੌਥੇ ਗੁਰਦੇਵ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਸ਼੍ਰੀ ਮਾਤਾ ਭਾਨੀ ਜੀ ਦੀ ਕੁੱਖ ਤੋਂ 1563 ਈਸਵੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਬਚਪਨ ਦੇ ਵਿੱਚ ਨਾਨਾ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਬਹੁਤ ਭਾਰੀ ਇਹਨਾਂ ਨੂੰ ਅਸੀਸਾਂ ਪ੍ਰਾਪਤ ਹੋਈਆਂ। ਬਚਨ ਕੀਤੇ ਸਨ ਇਹ ਕਿਹੜਾ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਈ ਅਸਾਡੀ ਸਾਰੀ। ਜਿਸ ਵਕਤ ਛੋਟੀ ਜਿਹੀ ਅਵਸਥਾ ਦੇ ਵਿੱਚ ਹੀ ਮੰਜੇ ਦੇ ਉੱਪਰ ਚੜ੍ਹਨ ਲੱਗੇ ਸਨ ਔਰ ਬਚਨ ਕੀਤੇ ਸਨ ਦੋਹਿਤਾ ਬਾਣੀ ਕਾ ਬੋਹਿਤਾ। ਮਾਤਾ ਭਾਨੀ ਜੀ ਨੇ ਆਖਿਆ ਸੀ ਨਾ ਵੀ ਪਿਤਾ ਜੀ ਇਹ ਤੁਹਾਡਾ ਦੋਹਿਤਾ ਹੈ
ਤਾਂ ਮਹਾਰਾਜ ਜੀ ਨੇ ਬਚਨ ਕੀਤੇ ਦੋਹੇ ਤਾਂ ਬਾਣੀ ਕਾ ਬੋਹੇ ਥਾ। ਔਰ ਸਾਧ ਸੰਗਤ ਜੀ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਜਿਹੜੇ ਸੇਵਾ ਦੇ ਕਾਰਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਰੰਭ ਕੀਤੇ ਸਨ, ਉਹਨਾਂ ਕਾਰਜਾਂ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੇਪਰੇ ਚਾੜਿਆ। ਸਭ ਤੋਂ ਪਹਿਲਾਂ ਸ਼੍ਰੀ ਸੰਤੋਖਸਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਜੋ ਗੁਰੂ ਰਾਮਦਾਸ ਜੀ ਨੇ ਆਰੰਭ ਕੀਤੀ ਸੀ, ਉਸ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕੀਤਾ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਜਿਸ ਵਕਤ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਉਸ ਵਕਤ ਸਰੋਵਰ ਦੇ ਸੈਂਟਰ ਦੇ ਵਿੱਚੋਂ ਇੱਕ ਮੱਠ ਨਿਕਲਿਆ, ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੀਆਂ ਤਲੀਆਂ ਚਸਾ ਕੇ ਉਹਨੂੰ ਹੋਸ਼ ਦੇ ਵਿੱਚ ਲਿਆਂਦਾ, ਜਿਹਨੇ ਆਪਣੀ ਸੁਰਤ ਦਸਮ ਦੁਆਰ ਦੇ ਵਿੱਚ ਚੜ੍ਹਾਈ ਹੋਈ ਸੀ। ਉਹਨੇ ਬੇਨਤੀ ਕੀਤੀ ਕਿ ਮੈਂ ਦੁਆਪਰ ਯੁੱਗ ਦਾ ਇੱਥੇ ਬੈਠਾ ਹੋਇਆ ਹਾਂ, ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਕਿ ਤੇਰੀ ਕਲਿਆਣ ਜਿਹੜੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਰਨਗੇ। ਕਹਿੰਦੇ ਮੈਂ ਸੋਚਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਉਣ ਦੇ ਵਿੱਚ ਤਾਂ ਅਜੇ ਬਹੁਤ ਲੰਬਾ ਸਮਾਂ ਪਿਆ ਹੈ, ਕਿੱਥੇ ਵਾਰ ਵਾਰ ਜੰਮਦੇ ਰਵਾਂਗੇ ਮਰਦੇ ਰਵਾਂਗੇ, ਜੰਮਦੇ ਰਵਾਂਗੇ ਮਰਦੇ ਰਵਾਂਗੇ। ਇਸ ਕਰਕੇ ਕਹਿੰਦੇ ਮੈਂ ਇੱਥੇ ਹੀ ਸਮਾਧੀ ਲਾ ਕੇ ਬੈਠ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਉਹ ਕਿਤੇ ਅਟਕਿਆ ਹੋਇਆ ਸੀ ਉਹਦੀਆਂ ਅਟਕਾਂ ਕੱਢ ਕੇ ਉਹਨੂੰ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਿਆ। ਇੱਕ ਬਹੁਤ ਧਨੀ ਸਿੱਖ ਪਿਸ਼ੌਰ ਤੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ, ਧਨ ਦੀ ਥੈਲੀ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਕੀਤੀ। ਮਹਾਰਾਜ ਆਖਣ ਲੱਗੇ ਠੀਕ ਹੈ, ਕੋਈ ਤਨ ਨਾਲ ਸੇਵਾ ਕਰਦਾ ਹੈ, ਕੋਈ ਮਨ ਨਾਲ ਕਰਦਾ ਹੈ, ਅਤੇ ਜਿਹਨੇ ਮਹਾਰਾਜ ਜੀ ਨੇ ਕਿਰਪਾ ਕਰਕੇ ਧਨ ਦੀ ਬਖਸ਼ਿਸ਼ ਕੀਤੀ ਹੁੰਦੀ ਹੈ ਉਹ ਧਨ ਦੇ ਨਾਲ ਸੇਵਾ ਕਰ ਲੈਂਦਾ ਹੈ। ਜਿਹੜੇ ਤਰੀਕੇ ਦੇ ਨਾਲ ਵੀ ਸੇਵਾ ਕੀਤੀ ਜਾਵੇ ਉਸੇ ਤਰੀਕੇ ਦੇ ਨਾਲ ਹੀ ਪ੍ਰਵਾਨ ਹੈ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਧਨ ਹੈ ਸਰੋਵਰ ਦੀ ਸੇਵਾ ਦੇ ਵਿੱਚ ਲਗਾ ਲਓ। ਸਤਿਗੁਰੂ ਜੀ ਨੇ ਉਹਦੀ ਵੀ ਸੇਵਾ ਪ੍ਰਵਾਨ ਕੀਤੀ, ਉਸਨੂੰ ਵੀ ਨਦਰੀ ਨਦਰ ਨਿਹਾਲ ਕੀਤਾ। ਉਪਰੰਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਰੰਭ ਕੀਤੀ ਸੀ, ਕਿਉਂਕਿ ਬਚਨ ਆਪਾਂ ਪੜ੍ਹਦੇ ਹਾਂ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਜੇ ਸਤਿਗੁਰਾਂ ਦੀ ਮਿਹਰ ਹੋ ਜਾਵੇ ਕਾਵਾਂ ਤੋਂ ਹੰਸ ਹੋ ਜਾਂਦੇ ਹਨ, ਪ੍ਰਤੱਖ ਰੂਪ ਦੇ ਵਿੱਚ ਵੀ ਕਾਵਾਂ ਤੋਂ ਹੰਸ ਬਣੇ। ਔਰ ਦੂਸਰਾ ਇਹਨੂੰ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ ਕਿ ਮਨੁੱਖ ਦੀਆਂ ਬਿਰਤੀਆਂ ਹੁੰਦੀਆਂ ਹਨ, ਕਈਆਂ ਦੀ ਬਿਰਤੀ ਕਾਂ ਵਾਲੀ ਹੁੰਦੀ ਹੈ, ਕਈਆਂ ਦੀ ਬਿਰਤੀ ਬੰਗਲੇ ਵਾਲੀ ਹੁੰਦੀ ਹੈ, ਕਈਆਂ ਦੀ ਬਿਰਤੀ ਗੁਰਮੁਖਾਂ ਦੀ ਹੰਸ ਵਾਲੀ ਹੁੰਦੀ ਹੈ। ਕਹਿੰਦੇ ਮਾਲਕ ਕਿਰਪਾ ਕਰ ਦੇਵੇ ਕਾਂ ਵਾਲੀ ਬਿਰਤੀ ਤੋਂ ਹਟਾ ਕੇ ਉਹਨੂੰ ਹੰਸ ਵਾਲੀ ਬਿਰਤੀ ਦੇ ਨਾਲ ਜੋੜ ਦਿੰਦੇ ਹਨ। ਇਸ ਤਰ੍ਹਾਂ ਉਹ ਜਿਹੜੀ ਸੇਵਾ ਚੱਲ ਰਹੀ ਸੀ ਸਰੋਵਰ ਦੀ ਉਹ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਸੰਪੂਰਨ ਕਰਵਾਈ। ਸੇਵਾ ਕੋਈ ਵੀ ਹੋਵੇ ਸਾਧ ਸੰਗਤ ਜੀ ਧਨ ਦੀ ਜ਼ਰੂਰਤ ਪੈਂਦੀ ਹੈ, ਪੈਸੇ ਤੋਂ ਬਿਨਾਂ ਸੇਵਾ ਦੇ ਕਾਰਜ ਨਹੀਂ ਹੁੰਦੇ ਹਨ। ਇਤਿਹਾਸ ਦੇ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਹੈ ਕਿ ਜੇਕਰ ਤੁਸੀਂ ਕਿਸੇ ਦੀ ਸਹਾਇਤਾ ਕਿਸੇ ਦੀ ਸੇਵਾ ਤੁਸੀਂ ਇਕੱਲੇ ਕਰ ਸਕਦੇ ਹੋ ਤਾਂ ਇਕੱਲੇ ਕਰ ਦਿਓ,
ਜੇਕਰ ਤੁਹਾਡੇ ਕੋਲ ਸਮਰੱਥਾ ਨਹੀਂ ਤਾਂ ਫਿਰ ਤੁਸੀਂ ਹੋਰ ਗੁਰਮੁਖਾਂ ਦੀ ਸਹਾਇਤਾ ਦੇ ਨਾਲ ਅਗਲੇ ਦੀ ਲੋੜ ਪੂਰੀ ਕਰਦੇ ਹੋ। ਤੁਸੀਂ ਮਿਲ ਜੁਲ ਕਰਕੇ ਸੇਵਾ ਕਰ ਸਕਦੇ ਹੋ। ਇਸ ਕਰਕੇ ਇਹ ਗੁਰੂ ਘਰ ਦੇ ਵਿੱਚ ਆਦਿ ਕਾਲ ਤੋਂ ਸੇਵਾਵਾਂ ਜਿਹੜੀਆਂ ਹਨ ਉਹ ਚੱਲ ਰਹੀਆਂ ਹਨ। ਕੁਝ ਗੁਰਸਿੱਖ ਆਪਣੀ ਦਸਵੰਧ ਦੀ ਮਾਇਆ ਨੂੰ ਇਕੱਲਿਆਂ ਲੋੜਵੰਦਾਂ ਦੀ ਸਹਾਇਤਾ ਦੇ ਵਿੱਚ ਲਗਾ ਦਿੰਦੇ ਹਨ। ਕੁਝ ਗੁਰਸਿੱਖ ਹੋਰਨਾਂ ਗੁਰਸਿੱਖਾਂ ਦੇ ਕੋਲੋਂ ਵੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਉਹਨੂੰ ਸੇਵਾ ਦੇ ਵਿੱਚ ਲਾ ਦਿੰਦੇ ਹਨ, ਕਿਉਂਕਿ ਮਹਾਰਾਜ ਜੀ ਦੇ ਵਚਨ ਹਨ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਔਰ ਆਪਾਂ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ, ਭਾਵ ਜਿਸ ਵਕਤ ਮਨੁੱਖ ਦੇ ਜੀਵਨ ਦੇ ਵਿੱਚ ਦਇਆ ਆਉਂਦੀ ਹੈ ਉਸ ਵਕਤ ਮਨੁੱਖ ਦੇ ਅੰਦਰ ਧਰਮ ਵੀ ਆ ਜਾਂਦਾ ਹੈ। ਜਿਹਨੂੰ ਕਿਸੇ ਲੋੜਵੰਦ ਵੱਲ ਵੇਖ ਕੇ, ਭੁੱਖੇ ਵੱਲ ਵੇਖ ਕੇ, ਨੰਗੇ ਵੱਲ ਵੇਖ ਕੇ, ਕਿਸੇ ਗਰੀਬ ਵੱਲ ਵੇਖ ਕੇ, ਅਨਾਥ ਵੱਲ ਵੇਖ ਕੇ ਦਇਆ ਨਹੀਂ ਆਉਂਦੀ ਹੈ, ਜਿਹੜਾ ਆਪਣੇ ਕੰਮਾਂ ਦੇ ਵਿੱਚ ਮਸਤ ਰਹਿੰਦਾ ਹੈ, ਕਹਿੰਦੇ ਫਿਰ ਉਹਦੇ ਜੀਵਨ ਦੇ ਵਿੱਚ ਧਰਮ ਵੀ ਨਹੀਂ ਆਉਂਦਾ ਹੈ। ਔਰ ਇਸ ਤਰ੍ਹਾਂ ਜਿਹੜੀ ਦਇਆ ਹੈ ਇਹ ਧਰਮ ਦਾ ਮੂਲ ਮੰਨਿਆ ਗਿਆ ਹੈ, ਇੱਥੋਂ ਹੀ ਧਰਮ ਦੀ ਸ਼ੁਰੂਆਤ ਹੁੰਦੀ ਹੈ ਵੀ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ। ਵੱਡੀ ਸੇਵਾ ਸੀ ਸਰੋਵਰ ਦੀ, ਉਸ ਵਕਤ ਵੱਡੀ ਸੇਵਾ ਨੂੰ ਜਾਣ ਕੇ ਔਰ ਜਿਹੜੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਨ ਦੂਰ ਦੁਰਾਡੇ, ਉਹਨਾਂ ਨੂੰ ਪ੍ਰਭੂ ਸਿਮਰਨ ਦੇ ਨਾਲ ਜੋੜਨ ਵਾਸਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਕਲਿਆਣਾ ਜੀ ਨੂੰ ਸਕੇਤ ਮੰਡੀ ਵਿਖੇ ਭੇਜਿਆ। ਹਿਮਾਚਲ ਦੇ ਵਿੱਚ ਸਕੇਤ ਮੰਡੀ ਹੈ ਜਿੱਥੇ ਬਾਅਦ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਚਰਨ ਪਏ ਹਨ। ਉਸ ਧਰਤੀ 'ਤੇ ਭਾਈ ਕਲਿਆਣਾ ਜੀ ਗਏ ਔਰ ਜਿਹੜੀਆਂ ਰਹਿਤਾਂ ਸਤਿਗੁਰੂ ਜੀ ਨੇ ਦ੍ਰਿੜ ਕਰਵਾਈਆਂ ਸਨ ਉਹਨਾਂ ਰਹਿਤਾਂ ਦੇ ਵਿੱਚ ਭਾਈ ਸਾਹਿਬ ਜੀ ਪਰਪੱਕ ਸਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਜਿਵੇਂ ਬਚਨ ਹਨ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੈ ਨੇੜ ਨਾ ਜਾਵੈ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਹਉ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਘੁਮਾਵੈ, ਹਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੈ, ਸਤਿਗੁਰ ਕਾ ਉਪਦੇਸ਼ ਘੁਮਾਵੈ ਗੁਰਮੁਖ ਸੋਈ ਸਹਿਜ ਸਮਾਵੈ। ਜਿਵੇਂ ਧੰਨ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਬਚਨ ਹਨ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟ ਜੋਗ ਕੋ ਮੱਜਨ, ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਹਿ, ਬੋ ਹੋਇ ਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਅਹੰਕਾਰ ਲੋਭ ਅਠ ਮੋਹ ਨ ਮਨ ਸਿਉ ਲਿਆਵੈ, ਤਬ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਹੁਣ ਉੱਥੇ ਲੋਕ ਜਿਹੜੇ ਸਨ ਉਹਨਾਂ ਨੇ ਇਕਾਦਸੀ ਦਾ ਵਰਤ ਰੱਖਿਆ ਹੋਇਆ ਸੀ ਔਰ ਜੋ ਸ਼੍ਰੀ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ, ਮਹਾਰਾਜ ਜੀ ਦੇ ਪਾਵਨ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ, ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਸੀ, ਭਰਮ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ, ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਕਤ ਢੋਰ, ਸਗਲ ਪਰਾਧ ਦੇ ਲੋ ਰੋਨੀ, ਸੋ ਮੁਖ ਜਲੋ ਜਿਤ ਕਹ ਹੈ ਠਾਕੁਰ ਜੋਨੀ। ਭਾਈ ਕਲਿਆਣਾ ਜੀ ਨੇ ਕੋਈ ਵਰਤ ਨਹੀਂ ਰੱਖਿਆ, ਕਿਉਂਕਿ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ
ਸੋ ਇਕਾਦਸੀ ਸਦਾ ਹੀ ਸੰਤਨ ਕੇ ਮਨ ਮਾਹੇ। ਜਿਹੜੇ ਲੋਕ ਹੋਰ ਧਰਮਾਂ ਦੇ ਵਿੱਚ ਵਰਤ ਆਦਿਕ ਰੱਖਦੇ ਹਨ, ਗੁਰਮਤ ਦੇ ਵਿੱਚ ਵਰਤ ਨੂੰ ਕੋਈ ਥਾਂ ਨਹੀਂ ਹੈ। ਗੁਰਮਤ ਦੇ ਵਿੱਚ ਇਹ ਆਖਿਆ ਗਿਆ ਹੈ ਕਿ ਛੋਡੈ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਓਏ ਰੰਡ। ਸਿੱਧੇ ਬਚਨ ਕਹੇ ਗਏ ਹਨ। ਆਪਾਂ ਇਤਿਹਾਸ ਤੋਂ, ਆਪਾਂ ਗੁਰਬਾਣੀ ਤੋਂ ਸੇਧ ਲੈਣੀ ਹੈ। ਸੰਗਤ ਦੇ ਵਿੱਚ ਆਉਣ ਦਾ ਇਹ ਲਾਭ ਹੁੰਦਾ ਹੈ ਵੀ ਆਪਾਂ ਕੁਝ ਸਿੱਖ ਕੇ ਜਾਈਏ, ਕਿ ਸਾਡੇ ਵਿੱਚੋਂ ਕੋਈ ਸਾਡੀਆਂ ਬੀਬੀਆਂ ਭੈਣਾਂ ਵਰਤ ਆਦਿਕ ਰੱਖਦੀਆਂ ਹਨ, ਤਾਂ ਆਪਾਂ ਗੁਰੂ ਦੇ ਆਸ਼ੇ ਮੁਤਾਬਕ ਇਹਨਾਂ ਫੋਕਟ ਕਰਮਾਂ ਦਾ ਤਿਆਗ ਕਰੀਏ। ਗੁਰਮਤ ਦੇ ਵਿੱਚ ਜਿਹੜਾ ਵਰਤ ਹੈ ਉਹ ਘੱਟ ਖਾਣਾ ਘੱਟ ਸੌਣਾ ਹੈ। ਇਸ ਤਰ੍ਹਾਂ ਭਾਈ ਕਲਿਆਣਾ ਜੀ ਜਿਹੜੇ ਸਨ, ਉਹਨਾਂ ਨੇ ਕੋਈ ਵਰਤ ਆਦਿਕ ਨਹੀਂ ਰੱਖਿਆ ਹੈ। ਉਸੇ ਤਰ੍ਹਾਂ ਹੀ ਸਾਰਾ ਜੋ ਅਲਪ ਆਹਾਰ ਆਦਿਕ ਜੋ ਸੀ ਕਰਦੇ ਸਨ, ਇਹਨਾਂ ਦੀ ਸ਼ਿਕਾਇਤ ਲਗਾਈ ਗਈ। ਜੋ ਰਾਜਾ ਸੀ ਉਹਨੇ ਹੁਕਮ ਸੁਣਾਇਆ ਵੀ ਇਹਨਾਂ ਦੀ ਲੱਤ ਕੱਟ ਕੇ ਇਹਨਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਜਿਸ ਵਕਤ ਲੱਤ ਕੱਟਣ ਲੱਗੇ ਉਸ ਵਕਤ ਰਾਜਾ ਜਿਹੜਾ ਸੀ ਉਹ ਗਸ਼ ਖਾ ਕੇ ਹੇਠਾਂ ਡਿੱਗ ਪੈਂਦਾ ਹੈ, ਔਰ ਇਤਿਹਾਸ ਦੇ ਮੁਤਾਬਕ ਉਹ ਚਲਾਉਣਾ ਕਰ ਜਾਂਦਾ ਹੈ। ਉਸ ਵਕਤ ਫਿਰ ਵਿੱਚ ਸਿਆਣੇ ਬੰਦੇ ਜਿਹੜੇ ਸਨ ਉਹਨਾਂ ਨੇ ਆਖਿਆ ਵੀ ਇਹਨਾਂ ਨੇ ਗੁਰਸਿੱਖ ਦਾ ਮਾਣ ਭੰਗ ਕੀਤਾ ਹੈ, ਕਿਉਂਕਿ ਰਹਿਤਨਾਮੇ ਜਿਹੜੇ ਹਨ ਉਹ ਸਾਨੂੰ ਸੇਧ ਦਿੰਦੇ ਹਨ। ਰਹਿਤਨਾਮਿਆਂ ਦੇ ਵਿੱਚ ਬਚਨ ਹਨ, ਜਿਹੜਾ ਗੁਰਸਿੱਖ ਨੂੰ ਕੌੜਾ ਬੋਲਦਾ ਹੈ, ਫਿੱਕਾ ਬੋਲਦਾ ਹੈ, ਜਿਹੜਾ ਗੁਰਸਿੱਖ ਦਾ ਮਾਣ ਭੰਗ ਕਰਦਾ ਹੈ, ਸੋ ਤਨਖਾਹੀਆ ਹੈ। ਇਹ ਰਹਿਤਨਾਮਿਆਂ ਦੇ ਵਿੱਚ ਬਚਨ ਹਨ ਵੀ ਗੁਰਸਿੱਖ ਦਾ ਹਮੇਸ਼ਾ ਸਨਮਾਨ ਕਰਨਾ ਚਾਹੀਦਾ, ਉਹਦਾ ਮਾਣ ਭੰਗ ਨਹੀਂ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਹਨਾਂ ਆਖਿਆ ਵੀ ਇਹ ਤਾਂ ਬੜੀ ਵੱਡੀ ਭੁੱਲ ਹੋ ਗਈ ਹੈ, ਗੁਰਸਿੱਖ ਦਾ ਮਾਣ ਭੰਗ ਹੋ ਗਿਆ ਹੈ। ਉਹਨਾਂ ਸਾਰਿਆਂ ਨੇ ਮਿਲ ਜੁਲ ਕੇ ਮੁਆਫ਼ੀ ਮੰਗੀ ਭਾਈ ਕਲਿਆਣਾ ਜੀ ਦੇ ਕੋਲੋਂ, ਨਾਲ ਬੇਨਤੀ ਕੀਤੀ ਵੀ ਇਹਨਾਂ ਨੂੰ ਤੁਸੀਂ ਜ਼ਿੰਦਾ ਕਰੋ। ਭਾਈ ਕਲਿਆਣਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਨੇ ਮਿਹਰਾਂ ਵਰਤਾਈਆਂ, ਕਿਉਂਕਿ ਗੁਰੂ ਘਰ ਦੇ ਵਿੱਚ ਮੁਰਦੇ ਨੂੰ ਜ਼ਿੰਦਾ ਕਰਨਾ ਤਾਂ ਬਹੁਤ ਛੋਟੀ ਗੱਲ ਹੈ। ਜਿਹੜੇ ਆਤਮਕ ਤੌਰ 'ਤੇ ਮਰੇ ਹੋਏ ਹੁੰਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਆਤਮਕ ਜੀਵਨ ਭਰ ਦਿੰਦੇ ਹਨ। ਗੁਰਮਤ ਵਿੱਚ ਮਰਿਆ ਉਹਨੂੰ ਸਮਝਿਆ ਜਾਂਦਾ ਹੈ ਜਿਹਦੇ ਜੀਵਨ ਦੇ ਵਿੱਚੋਂ ਨਿਤ ਨੇਮ ਭੁੱਲ ਜਾਂਦਾ ਹੈ, ਸਿਮਰਨ ਭੁੱਲ ਜਾਂਦਾ ਹੈ, ਸੇਵਾ ਚਲੀ ਜਾਂਦੀ ਹੈ। ਮਰਨੰ ਬਿਸਰਨੰ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣੈ। ਔਰ ਜਿਵੇਂ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਣ ਮਿਲਾਇਆ। ਜਿਨ੍ਹਾਂ ਮਹਾਂਪੁਰਸ਼ਾਂ ਤੇ ਨਾਮ ਤੇ ਸੁਸਾਇਟੀ ਚੱਲ ਰਹੀ ਹੈ, ਧੰਨ ਧੰਨ ਬਾਬਾ ਅਟਲ ਰਾਏ ਸਾਹਿਬ ਜੀ, ਸਾਡੇ ਸਾਹਮਣੇ ਇਤਿਹਾਸ ਹੈ, ਉਹਨਾਂ ਨੇ ਕਿਵੇਂ ਮੁਰਦੇ ਦੇ ਵਿੱਚ ਜਾਨ ਪਾਈ, ਇਹ ਕੋਈ ਬੜੀ ਵੱਡੀ ਗੱਲ ਨਹੀਂ ਹੈ, ਬਹੁਤ ਛੋਟੀ ਗੱਲ ਹੈ। ਜਿਹੜੇ ਆਤਮਕ ਤੌਰ 'ਤੇ ਮਰੇ ਹੋਏ ਹੋਏ ਹੁੰਦੇ ਹਨ ਉਹਨਾਂ ਨੂੰ ਗੁਰਮਤਿ ਗੁਰੂ ਘਰ ਦੇ ਵਿੱਚੋਂ ਆਤਮਕ ਜੀਵਨ ਦੀ ਦਾਤ ਮਿਲ ਜਾਂਦੀ ਹੈ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪਏ ਸਰੋਤੇ, ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ। ਕਹਿੰਦੇ ਦੇਖ ਸਤਿਗੁਰ ਦੀ ਕਿੰਨੀ ਵੱਡੀ ਵਡਿਆਈ ਹੈ। ਭਾਈ ਕਲਿਆਣਾ ਜੀ ਨੇ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਰਾਜਾ ਜਿਹੜਾ ਸੀ ਉੱਠ ਕੇ ਖੜਾ ਹੋ ਗਿਆ। ਫਿਰ ਉਹ ਸਾਧ ਸੰਗਤ ਜੀ ਆਪਣੀ ਪਰਜਾ ਦੇ ਸਿਪਾਹੀਆਂ ਦੇ ਸਮੇਤ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ। ਨਾਲੇ ਤਾਂ ਉਹਨੇ ਜੀਵਨ ਦਾਨ ਪ੍ਰਾਪਤ ਕੀਤਾ ਅਤੇ ਨਾਲੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਹੜੀ ਭੇਟਾ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ। ਔਰ ਸ਼ਬਦ ਚੱਲ ਰਿਹਾ ਸੀ ਸਤਿਗੁਰਾਂ ਦੇ ਹਜ਼ੂਰ ਕਿ ਜੋ ਸਤਿਗੁਰੂ ਸਹਿਬਾਨ ਹਨ ਐਸੀ ਕਿਰਪਾ ਕਰਦੇ ਹਨ ਕਿ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ।
ਉਹਦੇ ਮਨ ਦੇ ਵਿੱਚ ਸ਼ੰਕਾ ਆ ਗਿਆ ਵੀ ਜੇਕਰ ਲੇਖ ਹੀ ਨਹੀਂ ਮਿਟ ਸਕਦੇ ਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਣ ਦਾ ਕੀ ਲਾਭ ਹੈ। ਮਹਾਰਾਜ ਆਖਣ ਲੱਗੇ ਵੀ ਇਹਦਾ ਜਵਾਬ ਤੈਨੂੰ ਕੱਲ੍ਹ ਨੂੰ ਦੇਵਾਂਗੇ। ਸੁਪਨੇ ਦੇ ਵਿੱਚ ਹੀ ਕਦੇ ਸੂਰ ਬਣਦਾ ਹੈ, ਕਦੇ ਕੁੱਤਾ ਬਣਦਾ ਹੈ, ਕਦੇ ਕੀੜਾ ਬਣਦਾ ਹੈ, ਕਦੇ ਕੁਝ ਬਣਦਾ ਹੈ। ਜਿਹੜੀਆਂ 84 ਲੱਖ ਜੂਨਾਂ ਭੋਗਣੀਆਂ ਸਨ ਨਾ ਪ੍ਰਤੱਖ ਰੂਪ ਦੇ ਵਿੱਚ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁਪਨੇ ਦੇ ਵਿੱਚ ਹੀ ਭੁਗਤਾ ਦਿੱਤੀਆਂ। ਔਰ ਇਹ ਸਾਰਾ ਕੌਤਕ ਜਿੱਥੇ ਗੁਰੂ ਕਾ ਬਾਗ ਅਸਥਾਨ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਕਰਕੇ ਸਾਰਾ ਵਿਖਾਇਆ। ਸੋ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੱਡੇ ਵੱਡੇ ਪਰਉਪਕਾਰ ਕੀਤੇ, ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਗਰੀ ਨੂੰ ਵਸਾਇਆ ਸੀ, ਲੋਕਾਂ ਨੂੰ ਵਸਾਇਆ ਸੀ, ਵੱਖ ਵੱਖ ਕਿੱਤਿਆਂ ਵਾਲੇ ਲੋਕ ਜਿਹੜੇ ਸਨ ਉਹਨਾਂ ਨੂੰ ਕਾਰੋਬਾਰ ਵਾਸਤੇ ਉਤਸ਼ਾਹਿਤ ਕੀਤਾ ਸੀ, ਉੱਥੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਮਹਾਨ ਪਰਉਪਕਾਰ ਕੀਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਕਰਵਾਇਆ। ਵਿਦਵਾਨਾਂ ਦਾ ਜ਼ਿਕਰ ਹੈ, ਹਰਿਮੰਦਰ ਬੈਕੁੰਠ ਕੋ ਤੋਲਿਓ ਹਰਿ ਹਰਿਦਾਸ, ਗੌਰੋ ਹਤੋ ਸੋ ਧਰ ਰਹਿਓ ਹੋਰੋ ਚੜਿਓ ਆਕਾਸ਼। ਜਿਹੜਾ ਭਾਰਾ ਸੀ ਉਹ ਕਹਿੰਦੇ ਧਰਤੀ 'ਤੇ ਰਹਿ ਗਿਆ, ਜਿਹੜਾ ਹਲਕਾ ਜਿਹਾ ਸੀ ਨਾ ਉਹ ਆਕਾਸ਼ ਨੂੰ ਉੱਡ ਗਿਆ। ਐਸਾ ਮਹਾਨ ਪਰਉਪਕਾਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ। ਔਰ ਦੂਸਰਾ ਧੰਨ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਹੀ ਹੋਇਆ। ਪਿਤਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮਾਤਾ ਨਾਨਕੀ ਜੀ ਦੇ ਗ੍ਰਹਿ 1621 ਈਸਵੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਕੇ ਮਹਿਲ ਦੇ ਅਸਥਾਨ 'ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਬਹੁਤ ਸਾਰੀਆਂ ਅਸੀਸਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਦਿੱਤੀਆਂ। ਔਰ ਆਪਣੇ ਵੱਡ ਵਡੇਰਿਆਂ ਤੋਂ ਪ੍ਰੇਰਣਾ ਲੈਂਦਿਆਂ ਹੋਇਆਂ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਬਹੁਤ ਵੱਡੇ ਵੱਡੇ ਪਰਉਪਕਾਰ ਦੇ ਕਾਰਜ ਕੀਤੇ, ਕਿੱਥੇ ਬਾਬਾ ਬਕਾਲਾ ਦੀ ਧਰਤੀ ਔਰ ਕਿੱਥੇ ਸੂਰਤ ਦੀ ਬੰਦਰਗਾਹ, ਜਿੱਥੇ ਉਹਨੇ ਮੱਖਣ ਸ਼ਾਹ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ, ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤ ਕਾਲ ਹੋਏ ਆਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦਾ ਡੁੱਬਦਾ ਬੇੜਾ ਜਿਹੜਾ ਸੀ ਉਹਨੂੰ ਠੇਲਿਆ, ਉਹਨੂੰ ਬੰਨੇ ਲਗਾਇਆ। ਜਿਸ ਵਕਤ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਂਦਾ ਹੈ, ਬਹੁਤ ਸਾਰੇ ਡੰਬੀ ਪਖੰਡੀ ਬੈਠੇ ਸਨ, 22 ਮੰਜੀਆਂ ਲੱਗੀਆਂ ਹੋਈਆਂ ਸਨ। ਉਹਨੇ ਫਿਰ ਪਰਖ ਕੀਤੀ ਔਰ ਜਿਵੇਂ ਬਾਣੀ ਦੇ ਵਿੱਚ ਬਚਨ ਆਉਂਦੇ ਹਨ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਐ, ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਬਿਖ ਮਾਇਆ ਨੋ ਝੱਕ ਮਰਦੇ ਕੜੀਐ। ਗੁਰੂ ਦੀ ਬਰਾਬਰੀ ਕਰਨ ਦੀ ਬੜੇ ਕੋਸ਼ਿਸ਼ ਕਰਦੇ ਹਨ, ਪਿੱਛੇ ਵੀ ਕਰਦੇ ਰਹੇ, ਅੱਜ ਵੀ ਕਰ ਰਹੇ ਹਨ। ਆਪਾਂ ਪ੍ਰੇਰਣਾ ਲੈਣੀ ਹੈ। ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਿਆ ਹੈ। ਡੰਬੀਆਂ ਪਖੰਡੀਆਂ ਦੇ ਕੋਲ ਬਿਲਕੁਲ ਨਹੀਂ ਜਾਣਾ ਹੈ। ਆ ਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਮਹਾਰਾਜ ਹੁਣ ਵੀ ਪਰਉਪਕਾਰ ਕਰਦੇ ਹਨ, ਜਿਹੜੇ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਯਾਦ ਕਰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਵਕਤ
ਗੁਰਤਾ ਗੱਦੀ ਦੇ ਉੱਪਰ ਵੀ ਵਿਰਾਜਮਾਨ ਹੋ ਗਏ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਛੁਪ ਕੇ ਰਹਿਣਾ ਹੀ ਪਸੰਦ ਕਰਦੇ ਸਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਮੇਰੀ ਛੁਪੇ ਰਹਿਣ ਦੀ ਚਾਹ ਕਿ ਲੁਕ ਛੁਪ ਜਾਣ ਦੀ ਇਹ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਤੋਂ ਮਿਠਾਈ ਰਾਖੀਏ ਛੁਪਾਈ ਯਤਨ ਕੈ ਚੀਟੀ ਚੱਲ ਜਾਤ ਚੀਨ ਤਾਹੇ ਲਪਟਾਤ ਹੈ। ਕਹਿੰਦੇ ਮਿੱਠੇ ਨੂੰ ਜਿੰਨਾ ਮਰਜ਼ੀ ਛੁਪਾ ਛੁਪਾ ਕੇ ਰੱਖੋ ਕੀੜੀਆਂ ਲੱਭ ਹੀ ਲੈਂਦੀਆਂ ਹਨ। ਦੀਪਕ ਜਰਾਏ ਜੈਸੇ ਰਾਖੀਏ ਦੁਰਾਏ ਗ੍ਰਹਿ ਪ੍ਰਗਟ ਪਤੰਗ ਤਾਂ ਮੈਂ ਸਹਿਜ ਸਮਾਤ ਹੈ। ਦੀਵਾ ਜਿੰਨਾ ਮਰਜ਼ੀ ਇਕਲਵਾਂਝਾ ਜਗਦਾ ਹੋਵੇ ਜਿਹੜੇ ਪਤੰਗੇ ਹਨ ਪਹੁੰਚ ਹੀ ਜਾਂਦੇ ਹਨ। ਜੈਸੇ ਜਲ ਬਿਮਲ ਕਮਲ ਇਕਾਂਤ ਬਸੈ ਮਧ ਕਰ ਮਧ ਅਚਵਨ ਤੇ ਜਾਤ ਹੈ। ਕਮਲ ਜਿੰਨਾ ਮਰਜ਼ੀ ਇਕਲਵਾਂਝਾ ਹੋਵੇ ਕਹਿੰਦੇ ਭੌਰੇ ਜਿਹੜੇ ਹਨ ਉਹ ਉੱਥੇ ਪਹੁੰਚ ਹੀ ਜਾਂਦੇ ਹਨ। ਤੈਸੇ ਗੁਰਸਿੱਖ ਜੇ ਘੱਟ ਪ੍ਰਗਟਤ ਪ੍ਰੇਮ ਸਕਲ ਸੰਸਾਰ ਤੇ ਦੁਆਰ ਬਿਰਲਾਤ ਹੈ। ਜਿੱਥੇ ਕਹਿੰਦੇ ਪ੍ਰੇਮ ਪੈਦਾ ਹੋ ਜਾਂਦਾ ਹੈ ਸਾਰੇ ਜਗਤ ਦੇ ਲੋਕ ਉੱਥੇ ਫਿਰ ਪੂਜਾ ਕਰਨ ਵਾਸਤੇ ਪਹੁੰਚ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਵੇਂ ਮਨਾ ਕੀਤਾ ਸੀ ਵੀ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਦਰਗਾਹ ਦੇ ਵਿੱਚ ਮੂੰਹ ਕਾਲਾ ਹੋਵੇਗਾ। ਮੱਖਣ ਸ਼ਾਹ ਜੀ ਨੇ ਲੰਗਰ ਦੇ ਵਿੱਚ ਜਾ ਕੇ ਲੋਹ ਦੇ ਉੱਪਰੋਂ ਕਾਲਖ ਲੈ ਕੇ ਆਪਣੇ ਮੂੰਹ 'ਤੇ ਮਲ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਗਏ। ਬੇਨਤੀ ਕੀਤੀ, ਮਹਾਰਾਜ ਮੇਰੇ ਵਾਸਤੇ ਇਹੋ ਸੱਚੀ ਦਰਗਾਹ ਹੈ, ਮੇਰੇ ਵਾਸਤੇ ਇਹੋ ਹੀ ਸੱਚਖੰਡ ਹੈ। ਜਿਹਨੂੰ ਸੰਗਤ ਪ੍ਰਾਪਤ ਹੋ ਗਈ ਗੁਰੂ ਦੀ ਉਹਨੂੰ ਹੋਰ ਕਿਹੜੀ ਸੱਚੀ ਦਰਗਾਹ ਦੀ ਜ਼ਰੂਰਤ ਹੈ। ਦੇਖੋ ਇਹੋ ਜਿਹੀ ਭਾਵਨਾ ਸਿੱਖ ਦੀ ਹੋਣੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਔਰ ਉਹਨੇ ਫਿਰ ਮੱਖਣ ਸ਼ਾਹ ਨੇ ਕੋਠੇ 'ਤੇ ਚੜ੍ਹ ਕੇ ਫਿਰ ਸਾਰੇ ਹੋਕਾ ਦਿੱਤਾ ਸੀ ਕਿ ਭੁੱਲੀਏ ਸੰਗਤੇ ਮੈਂ ਸਤਿਗੁਰ ਲੱਦਾ ਜਾ ਕੀ ਮਹਿਮਾ ਅਗਮਾ ਗੱਦਾ। ਐ ਸੰਗਤ ਸੱਚਾ ਗੁਰੂ ਜਿਹੜਾ ਹੈ ਨਾ ਉਹ ਲੱਭ ਗਿਆ ਹੈ। ਆਹ ਜਿਹੜੇ ਬਾਹਰ ਬਾਈ ਬੈਠੇ ਹਨ ਇਹਨਾਂ ਦਾ ਖਹਿੜਾ ਛੱਡੋ, ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨੀ ਲੱਗੋ। ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਦੀਦਾਰ ਪਾਇਆ, ਬਹੁਤ ਭਾਰੀ ਪ੍ਰਸੰਨਤਾ ਦੀ ਪ੍ਰਾਪਤੀ ਹੋਈ। ਔਰ ਜਿਸ ਵਕਤ ਮਹਾਰਾਜ ਜੀ ਨੇ ਦੀਵਾਨ ਸਜਾਇਆ, ਜਿਹੜਾ ਸਾਧ ਸੰਗਤ ਜੀ ਧੀਰਮਲ ਸੀ ਉਹਨੇ ਆਪਣੇ ਮਸੰਦ ਸ਼ੀਏ ਦੇ ਕੋਲੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਰਗੋਲੀ ਚਲਵਾ ਦਿੱਤੀ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਘਰ ਦੇ ਵਿੱਚ ਜਿਹੜਾ ਸਾਜੋ ਸਮਾਨ ਸੀ ਉਹ ਸਾਰਾ ਜਿਹੜਾ ਸੀ ਲੁੱਟ ਪੁੱਟ ਕੇ ਵਾਪਸ ਲੈ ਗਿਆ, ਕਰਤਾਰਪੁਰ ਲੈ ਗਿਆ। ਮੱਖਣ ਸ਼ਾਹ ਨੂੰ ਪਤਾ ਲੱਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਤੋਂ ਬਿਨਾਂ ਸਾਰਾ ਸਾਜੋ ਸਮਾਨ ਵਾਪਸ ਲੈ ਕੇ ਆਏ, ਬੜੇ ਵੱਡੇ ਸੂਰਮੇ ਸਨ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਜਦ ਪਤਾ ਲੱਗਿਆ ਆਖਣ ਲੱਗੇ ਵੀ ਇਹ ਤੁਸੀਂ ਚੰਗਾ ਨਹੀਂ ਕੀਤਾ, ਸਾਡੇ ਹੁਕਮ ਤੋਂ ਬਿਨਾਂ ਕੀਤਾ ਹੈ, ਕਿਉਂਕਿ ਇੱਥੇ ਕਿਸੇ ਚੀਜ਼ ਦੇ ਉੱਪਰ ਸਾਡਾ ਦਾਅਵਾ ਨਹੀਂ ਹੈ, ਸੰਗਤ ਦੀ ਮਾਇਆ ਹੈ। ਚੜ੍ਹਾਉਣ ਵਾਲੇ ਚੜ੍ਹਾ ਜਾਂਦੇ ਹਨ, ਲਿਜਾਉਣ ਵਾਲੇ ਲੈ ਜਾਂਦੇ ਹਨ, ਇੱਥੇ ਸਾਡੀ ਕੋਈ ਮੇਰ ਨਹੀਂ ਹੈ ਵੀ ਇਹ ਸਾਡੀ ਚੀਜ਼ ਹੈ, ਮੇਰੀ ਚੀਜ਼ ਹੈ। ਉੱਥੇ ਮਹਾਰਾਜ ਜੀ ਨੇ ਬਚਨ ਕੀਤੇ ਸਨ, ਕਰਨੀ ਸ਼ਿਮਾ ਮਹਾਂ ਤਪ ਜਾਨ। ਕਹਿੰਦੇ ਜੇ ਮੇਰ ਰੱਖੀਏ ਨਾ ਕਿਸੇ ਬੰਦੇ ਦੇ ਔਗੁਣਾਂ ਨੂੰ ਚਿਤਾਰਦੇ ਰਹੀਏ ਫਿਰ ਸਿਮਰਨ ਦੇ ਵਿੱਚ ਧਿਆਨ ਨਹੀਂ ਜੁੜਦਾ, ਬਾਣੀ ਦੇ ਵਿੱਚ ਧਿਆਨ ਨਹੀਂ ਜੁੜਦਾ ਹੈ, ਕਿਉਂਕਿ ਜੇ ਦੁਸ਼ਮਣੀ ਚੇਤੇ ਆਉਂਦੇ ਰਹਿਣਗੇ ਫਿਰ ਸਿਮਰਨ ਦੇ ਵਿੱਚ ਧਿਆਨ ਕਿਵੇਂ ਜੁੜੇਗਾ। ਧਿਆਨ ਉਦੋਂ ਹੀ ਜੁੜੇਗਾ ਜਦ ਆਪਾਂ ਆਖਾਂਗੇ, ਕਿਉਂਕਿ ਗੁਰਮੁਖ ਪਿਆਰਿਆਂ ਦੀ ਸੰਗਤ ਕਰਨ ਵਾਲੇ ਬੈਠੇ ਹਨ ਜਿਨ੍ਹਾਂ ਨੇ ਸ਼੍ਰੀ ਗੋਬਿੰਦਵਾਲ ਸਾਹਿਬ ਸੇਵਾ ਕਰਵਾਈ,
ਉਹਨਾਂ ਦੇ ਬਚਨ ਹਨ। ਕਹਿੰਦੇ ਜਦ ਸਿਮਰਨ ਕਰਨ ਬੈਠੋ, ਨਿਤ ਨਿਯਮ ਕਰਨ ਬੈਠੋ, ਇੱਕ ਵਾਰੀ ਜ਼ਰੂਰ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਸਭ ਦਾ ਭਲਾ ਮੰਗੋ, ਦੁਸ਼ਮਣ ਦਾ ਵੀ ਭਲਾ ਮੰਗੋ, ਫਿਰ ਕਹਿੰਦੇ ਤੁਹਾਡਾ ਮਨ ਜਿਹੜਾ ਹੈ ਨਾ ਐਨ ਸਿੱਧਾ ਹੋ ਜਾਵੇਗਾ, ਫਿਰ ਨਾਮ ਨੂੰ ਪਕੜੇਗਾ, ਬਾਣੀ ਨੂੰ ਪਕੜੇਗਾ, ਨਾਮ ਦੇ ਵਿੱਚ ਧਿਆਨ ਜੁੜੇਗਾ, ਬਾਣੀ ਦੇ ਵਿੱਚ ਧਿਆਨ ਜੁੜੇਗਾ। ਇਹ ਬਚਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਕੀਤੇ ਸਨ, ਭਾਈ ਸੰਤੋਖ ਸਿੰਘ ਜੀ ਨੇ ਕਲਮਬੰਦ ਕੀਤੇ ਹਨ। ਕਰਨੀ ਸ਼ਿਮਾ ਮਹਾਂ ਤਪ ਜਾਨ, ਕਿਸੇ ਨੂੰ ਖਿਮਾ ਕਰ ਦੇਣਾ ਬੜਾ ਵੱਡਾ ਤਪ ਹੈ। ਸ਼ਿਮਾ ਕਰਤ ਹੀ ਦੈਬੋ ਦਾਨ, ਸ਼ਿਮਾ ਕਰਤ ਨਰਕੀ ਕਲਿਆਣ। ਇਸ ਕਰਕੇ ਮਹਾਰਾਜ ਆਖਣ ਲੱਗੇ ਇਹ ਖਿਮਾ ਵਾਲਾ ਗੁਣ ਜਿਹੜਾ ਹੈ ਨਾ ਇਹ ਧਾਰਨ ਕਰਨਾ ਚਾਹੀਦਾ ਹੈ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚ ਸੱਚੇ ਪਾਤਸ਼ਾਹ ਜੀ ਹਿੰਦੁਸਤਾਨ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਗਏ ਹਨ, ਨਾਨਕ ਨਾਮ ਲੇਵਾ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ, ਸੇਵਾ ਦੇ ਨਾਲ ਜੋੜਿਆ। ਔਰ ਜਿਹੜੇ ਸੇਵਾ ਸਿਮਰਨ ਦੇ ਵਿੱਚ ਨਿਪੁੰਨ ਸਨ ਉਹਨਾਂ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ। ਭਾਈ ਫੇਰੂ ਵਰਗਿਆਂ ਦਾ ਜ਼ਿਕਰ ਆਉਂਦਾ ਹੈ, ਮਹਾਰਾਜ ਜੀ ਨੇ ਬਚਨ ਕੀਤੇ ਸਨ ਵੀ ਹੁਣ ਤੁਸੀਂ ਆਪ ਨਾਮ ਬਾਣੀ ਦੇ ਵਿੱਚ ਰੰਗੇ ਹੋ। ਇੱਕ ਬੈਲ ਦਿੱਤਾ, ਇੱਕ ਨਗਾਰਾ ਦਿੱਤਾ, ਔਰ ਇਸ ਤਰ੍ਹਾਂ ਇੱਕ ਪੋਥੀ ਸਾਹਿਬ, ਇੱਕ ਮਜੀਠੀ ਚੋਲਾ, ਇੱਕ ਮਾਲਾ ਆਦਿਕ ਪੰਜ ਵਸਤੂਆਂ ਦੇ ਕੇ ਆਖਿਆ ਵੀ ਹੁਣ ਇਕੱਲੀ ਪਾਣੀ ਦੀ ਹੀ ਸੇਵਾ ਨਾ ਕਰਿਆ ਕਰੋ, ਪਾਣੀ ਦੀ ਹੀ ਬਾਰਿਸ਼ ਨਾ ਕਰਿਆ ਕਰੋ, ਹੁਣ ਬਾਣੀ ਦੀ ਵੀ ਬਾਰਿਸ਼ ਕਰਿਆ ਕਰੋ, ਨਾਮ ਬਾਣੀ ਦਾ ਪ੍ਰਵਾਹ ਚਲਾਓ। ਕਿਉਂਕਿ ਜੁੜੇ ਹੋਏ ਹੀ ਦੂਸਰਿਆਂ ਨੂੰ ਜੋੜ ਸਕਦੇ ਹਨ, ਜਲਦਾ ਹੋਇਆ ਦੀਪ ਕੀ ਬੁਝਿਆਂ ਨੂੰ ਜਲਾ ਸਕਦਾ ਹੈ, ਜਿਹੜਾ ਆਪ ਬੁਝਿਆ ਹੋਇਆ ਉਹਨੇ ਦੂਸਰਿਆਂ ਨੂੰ ਕੀ ਜਲਾਉਣਾ ਹੈ। ਔਰ ਜਿਸ ਵਕਤ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ ਸਨ ਨਗਾਰਾ ਵਜਾਉਂਦੇ ਹੋਏ, ਔਰ ਉਹਨਾਂ ਨੇ ਫਿਰ ਇਹ ਜਿਹੜੀਆਂ ਵਸਤੂਆਂ ਸਨ ਵਾਪਸ ਲੈ ਲਈਆਂ ਸਨ। ਇਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਬੜੇ ਵੱਡੇ ਵੱਡੇ ਪਰਉਪਕਾਰ ਕੀਤੇ। ਸਾਰੇ ਹੀ ਸਤਿਗੁਰੂ ਨਗਰਾਂ ਨੂੰ ਵਸਾਉਂਦੇ ਰਹੇ, ਖੂਹ ਲਵਾਉਂਦੇ ਰਹੇ, ਲੋੜਵੰਦਾਂ ਦੇ ਵਿੱਚ ਧਨ ਪਦਾਰਥ ਵੰਡਦੇ ਰਹੇ, ਔਰ ਲੋਕਾਂ ਨੂੰ ਉਹਨਾਂ ਦਾ ਵਸੇਬਾ ਕਰਦੇ ਰਹੇ। ਇਹ ਸਤਿਗੁਰਾਂ ਦੀ ਇਤਿਹਾਸ ਦੇ ਵਿੱਚ ਸਾਨੂੰ ਪਤਾ ਚੱਲਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਸਾਇਆ, ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਵਸਾਇਆ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਲੰਧਰ ਦੇ ਲਾਗੇ ਕਰਤਾਰਪੁਰ ਸਾਹਿਬ ਵਸਾਇਆ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹਰਗੋਬਿੰਦਪੁਰ ਵਸਾਇਆ। ਇਸ ਤਰ੍ਹਾਂ ਨਾਲ ਨਾਲ ਵੱਡੇ ਵੱਡੇ ਪਰਉਪਕਾਰ ਕਰਦੇ ਰਹੇ। ਇਸੇ ਪ੍ਰਕਾਰ ਧੰਨ ਨਾਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਧ ਸੰਗਤ ਜੀ ਸ਼੍ਰੀ ਅਨੰਦਪੁਰ ਸਾਹਿਬ ਵਸਾਇਆ ਹੈ। ਜਗ੍ਹਾ ਮੁੱਲ ਖਰੀਦ ਕੇ ਇੱਥੇ ਜਿਹੜੇ ਗੁਰਸਿੱਖ ਸਨ ਉਹਨਾਂ ਦਾ ਵਸੇਬਾ ਕੀਤਾ, ਉਹਨਾਂ ਪਰਉਪਕਾਰਾਂ ਨੂੰ ਅੱਗੇ ਤੋਂ ਅੱਗੇ ਸਾਧ ਸੰਗਤ ਜੀ ਜਿਹੜੇ ਗੁਰਸਿੱਖ ਹਨ ਜੋ ਮਹਾਰਾਜ ਜੀ ਨੇ ਪੂਰਨੇ ਪਾਏ ਹਨ ਪਰਉਪਕਾਰ ਦੇ ਕਾਰਜ, ਸੇਵਾ ਦੇ ਕਾਰਜ, ਸਿਮਰਨ ਦੇ ਕਾਰਜ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤੇ, ਉਹਨਾਂ ਨੂੰ ਗੁਰੂ ਕੇ ਪਿਆਰੇ ਜਾਰੀ ਰੱਖਦੇ ਰਹਿੰਦੇ ਹਨ। ਸੋ ਭਾਈ ਇੰਦਰਪਾਲ ਸਿੰਘ ਜੀ, ਬਾਬਾ ਅਟਲ ਰਾਏ ਲੋਕ ਭਲਾਈ ਜੋ ਸੰਸਥਾ ਹੈ, ਸਾਰੇ ਹੀ ਮੈਂਬਰ ਜੋ ਲੋੜਵੰਦ ਪਰਿਵਾਰ ਹਨ ਉਹਨਾਂ ਦੇ ਵਿੱਚ ਜੋ ਰਾਸ਼ਨ ਦੀ ਸੇਵਾ ਹੈ, ਬੜੇ ਹੀ ਉਤਸ਼ਾਹ ਦੇ ਨਾਲ, ਚਾਅ ਨਾਲ, ਪਿਆਰ ਨਾਲ, ਸਤਿਕਾਰ ਵਜੋਂ ਦੇ ਰਹੇ ਹਨ। ਕਿਉਂਕਿ ਇੱਕ ਦਾਨ ਹੁੰਦਾ ਹੈ, ਇੱਕ ਸਨਮਾਨ ਹੁੰਦਾ ਹੈ, ਜਿਹੜਾ ਸੰਗਤ ਦੇ ਵਿੱਚ ਲਿਆ ਕੇ ਸਤਿਕਾਰ ਦੇ ਨਾਲ ਦੇਣਾ ਹੈ, ਇਹ ਦਾਨ ਨਹੀਂ, ਇਹ ਸਨਮਾਨ ਹੈ, ਸਨਮਾਨ ਦੇ ਨਾਲ ਦਿੱਤਾ ਜਾ ਰਿਹਾ ਹੈ। ਸੰਤ ਬਾਬਾ ਸ਼ਾਮ ਸਿੰਘ ਜੀ ਦਾ ਬਚਨ ਹੈ, ਇੱਕ ਆਪਣੇ ਸੰਗੀ ਨੂੰ, ਪ੍ਰੇਮੀ ਨੂੰ ਆਖਿਆ ਵੀ ਬਾਹਰ ਗੁਰਮੁਖ ਪਿਆਰਾ ਕੋਈ ਮਹਾਤਮਾ ਆਇਆ ਹੈ, ਉਹਨੂੰ ਕੰਬਲ ਦੇ ਕੇ ਆਓ। ਜਿਸ ਵਕਤ ਕੰਬਲ ਦੇ ਕੇ ਆਏ, ਕਹਿੰਦੇ ਵੀ ਦੇ ਆਏ ਉਹ ਕੰਬਲ? ਕਹਿੰਦੇ ਜੀ ਦੇ ਆਏ ਹਾਂ।
ਕਹਿੰਦੇ ਕੰਬਲ ਦੇ ਕੇ ਫਿਰ ਉਹਨਾਂ ਦੇ ਅੱਗੇ ਮੱਥਾ ਟੇਕਿਆ ਸੀ। ਕਹਿੰਦੇ ਜੀ ਇਹ ਤਾਂ ਮੈਂ ਕੀਤਾ ਨਹੀਂ, ਕਹਿੰਦੇ ਮੱਥਾ ਤਾਂ ਨਹੀਂ ਟੇਕਿਆ। ਆਖਣ ਲੱਗੇ ਫਿਰ ਤੁਸੀਂ ਜਿਹੜਾ ਦਾਨ ਕੀਤਾ ਹੈ ਨਾ ਉਹ ਖੂਹ ਵਿੱਚ ਸੁੱਟ ਆਏ ਹੋ। ਜਿਹਨੂੰ ਦਾਨ ਦਿਓ ਉਹਨੂੰ ਸਨਮਾਨ ਦੇ ਨਾਲ ਦਿਓ, ਅਗਲੇ ਨੂੰ ਹੀਣ ਭਾਵਨਾ ਨਾ ਹੋਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੁਲਾ ਕੇ ਕਿਸੇ ਦਾ ਸਨਮਾਨ ਕਰਨਾ ਬਹੁਤ ਵੱਡੀ ਗੱਲ ਹੈ। ਇਹ ਗੁਰੂ ਘਰ ਦੀਆਂ ਵੱਡੀਆਂ ਪਰੰਪਰਾਵਾਂ ਹਨ। ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਆਂ ਦੇ ਸੀਸ 'ਤੇ ਮਿਹਰਾਂ ਭਰਿਆ ਹੱਥ ਰੱਖ ਕੇ ਇਹ ਪਰਉਪਕਾਰ ਦੇ ਕਾਰਜ ਲੈਂਦੇ ਰਹਿਣ। ਸਮੂਹ ਸੰਗਤ ਦਾ ਬਹੁਤ ਬਹੁਤ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸਹੇਲੇ ਹੋਵਣ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।